बीते दिनों पंजाब के बने नए सेहत मंत्री चेतन सिंह ने जालंधर के सिविल अस्पताल का दौरा किया। उनके दौरे के दौरान अस्पताल प्रशासन की तरफ से साफ सफाई में कोई कमी नहीं छोड़ी गई, लेकिन कुछ घंटे बाद ही अस्पताल की तस्वीरें बदल गई। अस्पताल के जच्चा बच्चा वार्ड में देर रात लाइट ना होने के कारण हंगामा हो गया। जब लोगों से बात की तो पता चला कि वार्ड में काफी देर से लाइट नहीं थी। गर्मी के कारण लोग जमीन पर ही लेटने को मजबूर हैं। लोगों ने बताया कि जहां मरीजों को भर्ती किया जाता है वहां पंखा तक नहीं चल रहा, जबकि वही स्टाफ के रूम में पंखे और एसी फालतू में चल रहे होते हैं। उन्होंने बताया कि जब छोटे बच्चे अपने और महिलाएं अपने इलाज के लिए यहां पहुंचते हैं तो यहां आने के बाद उन्हें उचित सुविधाएं भी नहीं मिलती हैं। आप भी देखिए सुनील महाजन की ये रिपोर्ट। आंटी की नाम है ਤੁਹਾਡਾ? ਕਦੋਂ ਤੁਸੀਂ ਇੱਥੇ ਤੇ ਤੁਹਾਡਾ ਪੇਸ਼ੈਂਟ ਦਾਖਲ ਹੈ? ਸਾਡੇ ਪੇਸ਼ੈਂਟ ਤੋਂ ਹੋ ਗਿਆ 3-4 ਦਿਨ। ਕੀ ਦਿੱਕਤ ਕੀ ਆ ਰਹੀ ਹੈ ਹੁਣ? ਲੈਟ ਹੈ ਨਹੀਂ ਸੀ, ਲੈਟ ਚਲੇ ਗਈ। ਕਦੋਂ ਦੀ ਲੈਟ ਗਈ ਵੀ? ਲੈਟ ਨੂੰ ਘੰਟਾ ਹੋ ਗਿਆ ਗਈ। ਤੇ ਮੁੜ ਕੇ ਕੁਝ ਨਹੀਂ ਚੱਲਦਾ, ਗਰਮੀ ਜ਼ਿਆਦੀ ਆ। ਨਿਆਣਿਆਂ ਤੋਂ ਬਿਨਾਂ ਬੈਠੇ, ਪੱਖਿਆਂ ਤੋਂ ਬਿਨਾਂ ਬੈਠੇ। ਤੇ ਜਿਹੜਾ ਜੇ ਗੱਲ ਕਰਾਂ ਮੈਂ ਸਟਾਫ ਦੀ, ਸਟਾਫ ਦੇ ਕਮਰੇ ਦੇ ਵਿੱਚ ਏਸੀ ਜਾਂ ਪੱਖੇ ਚੱਲਦੇ ਪਏ? ਨਹੀਂ ਦੇਖੇ ਨਹੀਂ ਮੈਂ। ਹੁਣ ਜਿਹੜੇ ਤੁਸੀਂ ਕੰਮ ਵਾਰਡ ਦੇ ਵਿੱਚ, ਉਹ ਕਿੰਨੇ ਪੇਸ਼ੈਂਟ ਉਹਦੇ ਵਿੱਚ? ਉੱਥੇ ਤਾਂ ਹੈਗੇ 7-8 ਹੈਗੇ, 7-8। ਸਾਰੇ ਤੜਫਦੇ ਪਏ? ਹਾਂ ਸਾਰੇ ਉੱਥੇ ਹੀ ਪਏ। ਗਰਮੀ ਦੇ ਨਾਲ? ਗਰਮੀ 'ਚ ਉੱਥੇ ਹੀ ਪਏ ਸਾਰੇ। ਜਿੱਦਾਂ ਅੱਜ ਸਿਹਤ ਮੰਤਰੀ ਇੱਥੇ ਪਹੁੰਚੇ ਸੀ, ਤੁਸੀਂ ਵੀ ਦੇਖੇ ਹੋਣੇ, ਉਹ ਕਹਿੰਦੇ ਪੂਰੀਆਂ ਫੈਸਿਲਿਟੀਆਂ ਦਿੱਤੀਆਂ ਜਾ ਰਹੀਆਂ ਸਿਵਲ ਹਸਪਤਾਲ ਦੇ ਵਿੱਚ। ਆਏ ਸੀਗੇ ਉਹ ਵੀ, ਉਹਨਾਂ ਵੇਖ ਕੇ ਗਏ, ਬਾਥਰੂਮ ਟੁੱਟੇ ਸਾਰੇ ਬਾਥਰੂਮਾਂ ਦੇ ਵਿੱਚ, ਕੋਈ ਟੂਟੀ ਨਹੀਂ ਚੱਲਦੀ, ਕੋਈ ਗੰਦ ਪਿਆ ਲੂੜਿਆਂ ਤੋਂ, ਉੱਥੇ ਕੀ ਹੈ? ਕੀ ਨਾਮ ਤੁਹਾਡਾ? ਮੇਰਾ ਨਾਮ ਕਮਲਜੀਤ ਹੈ। ਮੈਡਮ ਤੁਹਾਡਾ ਕੀ ਨਾਮ ਹੈ? ਬਲਵਿੰਦਰ ਕੌਰ। ਬਲਵਿੰਦਰ ਭਾਈ ਕਦੋਂ ਦੀ ਦਾਖਲ ਹੋਈ ਇੱਥੇ, ਜਾਂ ਕੌਣ ਕਿਹੜਾ ਪੇਸ਼ੈਂਟ ਹੈ ਤੁਹਾਡਾ ਦਾਖਲ ਇੱਥੇ? ਬੱਚਾ ਕਦੋਂ ਦਾ ਦਾਖਲ ਹੈ? ਸਾਲ ਦਾ। ਅੱਜ ਤੁਸੀਂ ਇੱਥੇ ਵਿਹੜੇ ਸੁੱਤੇ ਪਏ, ਕੀ ਦਿੱਕਤ ਕੀ ਸੀ? ਦਿੱਕਤ ਇਹ ਸੀਗੀ ਉੱਧਰ ਲੈਟ ਨਹੀਂ ਆ ਰਹੀ ਸੀਗੀ, ਇਸ ਕਰਕੇ ਅਸੀਂ ਇੱਥੇ ਆਏ ਸੀ। ਹਾਂ ਕਿੰਨੀ ਦੇਰ ਤੋਂ ਲੈਟ ਨਹੀਂ ਆ ਰਹੀ? ਕਾਫੀ ਦੇਰ ਹੀ ਹੋ ਗਈ ਹੈ, ਘੰਟਾ ਕੁ ਹੋ ਗਿਆ। ਮਜਬੂਰੀ ਚਲੋ ਬੈਠੇ ਹੋ, ਪਰ ਕੁੱਤੇ ਵਗੈਰਾ ਨੂੰ ਕੋਈ ਰੋਕਿਆ ਜਾ ਰਿਹਾ? ਤੁਹਾਡੇ ਕਮਰੇ ਦੇ ਵਿੱਚ ਜਿਹੜੇ ਪੱਖੇ ਲੱਗੇ ਆ, ਬੱਤੀ ਚਲੇ ਗਈ ਆ, ਉਹ ਨਹੀਂ ਚੱਲਦੇ ਪਏ?